ਨਮਸਕਾਰ, ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਦਾ ਸਭ ਤੋਂ ਭਰੋਸੇਮੰਦ ਅਤੇ ਇੱਕੋ ਇੱਕ ਪੰਜਾਬੀ ਨਿਊਜ਼ ਚੈਨਲ ਇੰਡੀਆ ਨਿਊਜ਼ ਪੰਜਾਬ ਅਤੇ ਪੰਜਾਬ ਵਿਸ਼ੇਸ਼ 'ਚ ਤੁਹਾਡਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਖਬਰ ਰਾਜਧਾਨੀ ਚੰਡੀਗੜ੍ਹ ਤੋਂ ਆ ਰਹੀ ਹੈ, ਜਿੱਥੇ 1% ਸਟਾਂਪ ਡਿਊਟੀ ਵਧਾਉਣ ਦੇ ਨਾਲ ਹੁਣ ਉਹ ਖਰਚਾ ਜਿਹੜਾ ਹੈਗਾ ਹੈ ਸ਼ਹਿਰੀ ਇਲਾਕਿਆਂ ਦੇ ਵਿੱਚ ਆਮ ਉਪਭੋਗਤਾਵਾਂ ਅਤੇ ਆਮ ਲੋਕਾਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਅਤੇ ਇਸ ਨੂੰ ਲੈ ਕੇ ਵਿਰੋਧੀ ਧਿਰ ਜਿਹੜੀ ਹੈ ਉਸਨੇ ਸਰਕਾਰ 'ਤੇ ਸ਼ਿਕੰਜਾ ਕੱਸਣਾ ਵੀ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਤਹਿਸੀਲਾਂ ਦੇ ਵਿੱਚ ਅਪੁਆਇੰਟਮੈਂਟ ਲੈਣ ਦੇ ਲਈ 500 ਰੁਪਇਆ ਫੀਸ ਜਿਹੜਾ ਹੈ ਉਹ ਤੁਹਾਨੂੰ ਹੁਣ ਚੁਕਾਉਣੀ ਪਵੇਗੀ। 500 ਰੁਪਇਆ ਫੀਸ ਨੋਰਮਲ ਕੈਟੇਗਰੀ ਦੇ ਤਹਿਤ, ਜੇ ਤਤਕਾਲ 'ਚ ਚਾਹੁੰਦੇ ਹੋ, ਜੇ ਤੁਸੀਂ ਤਹਿਸੀਲ ਦੇ ਵਿੱਚ ਕੋਈ ਕੰਮ ਕਰਾਉਣ ਲਈ ਤਾਂ 5000 ਰੁਪਇਆ ਫੀਸ ਹੋਵੇਗੀ। ਹਰਪਾਲ ਚੀਮਾ, ਲੀਡਰ ਆਫ ਓਪੋਜੀਸ਼ਨ ਨੇ, ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਸਾਡੇ ਨਾਲ ਜੁੜ ਗਏ ਨੇ। ਚੀਮਾ ਸਾਹਿਬ, 500 ਰੁਪਇਆ ਫੀਸ ਤਹਿਸੀਲ 'ਚ ਜਾਣ ਦੀ ਆਮ ਸਮੇਂ ਦੇ ਵਿੱਚ ਅਤੇ 5000 ਰੁਪਇਆ ਤਤਕਾਲ ਦੇ ਵਿੱਚ? ਦੇਖੋ, ਬੜੀ ਹੈਰਾਨੀ ਦੀ ਗੱਲ ਆ ਕਿ 500 ਰੁਪਇਆ ਜਿਹੜਾ ਹੈਗਾ ਨੋਰਮਲ ਫੀਸ, 5000 ਰੁਪਇਆ ਤਤਕਾਲ ਫੀਸ ਰੱਖੀ ਆ। ਪੰਜਾਬ ਸਰਕਾਰ ਨੇ ਤਾਂ ਕੈਪਟਨ ਨੂੰ ਲੱਗਦਾ ਕਿ ਪ੍ਰਾਈਵੇਟ ਲਿਮਿਟਡ ਕੰਪਨੀ ਬਣਾ ਰੱਖਿਆ ਹੈਗਾ, ਔਰ ਮਨਪ੍ਰੀਤ ਸਿੰਘ ਬਾਦਲ CA ਲੱਗਦੇ ਨੇਗੇ, ਚਾਰਟਰਡ ਅਕਾਊਂਟੈਂਟ ਲੱਗਦੇ ਨੇਗੇ। ਸਰਕਾਰ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੀ ਆ। ਸਰਕਾਰ ਨੇ ਜਿਹੜੇ ਤਹਿਸੀਲਦਾਰ, SCM, ਡਿਪਟੀ ਕਮਿਸ਼ਨਰ ਲੋਕਾਂ ਦੀ ਸਹੂਲਤ ਨਹੀਂ ਲਾਏ ਨੇਗੇ। ਇਹ ਜਿਹੜੇ ਡਾਕੂਮੈਂਟ ਨੇਗੇ, ਜਿਹੜੇ ਡਾਕੂਮੈਂਟ ਅਸੀਂ ਰਜਿਸਟ੍ਰੇਸ਼ਨ ਕਰਾਉਣੇ ਆ, ਚਾਹੇ ਘਰ ਦੀ ਰਜਿਸਟਰੀ ਆ, ਵਹੀਕਲ ਦੀ ਰਜਿਸਟ੍ਰੇਸ਼ਨ ਆ, ਉਹ ਜਿਹੜੇ ਡਾਕੂਮੈਂਟ ਨੇਗੇ ਉਹਨਾਂ ਸਾਰਿਆਂ ਦੇ ਇੰਨੀ ਜ਼ਿਆਦਾ ਫੀਸ ਲਾਤੀ। ਮੈਂ ਸਮਝਾਂ, ਇੱਕ ਪਾਸੇ ਸਰਕਾਰ ਲਗਾਤਾਰ ਕਹੀ ਇਹਨੇ ਖਜ਼ਾਨਾ ਖਾਲੀ, ਦੂਜੇ ਪਾਸੇ ਇੰਨੀ ਭਾਰੀ ਫੀਸ, ਇੰਨੇ ਲਾਏ ਪਏ ਨੇ, ਲੋਕਾਂ ਨੂੰ ਸਹੂਲਤ ਨਾਲ ਦੀ ਕੋਈ ਚੀਜ਼ ਹੈ ਨਹੀਂ। ਇਹ ਬਹੁਤ ਹੀ ਜਿਹੜੀ ਆ ਮੰਦਭਾਗੀ ਗੱਲ ਆ ਕਿ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਇਸ ਗੱਲ ਲਈ ਚੁਣਿਆ ਸੀ ਕਿ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੂਗੀ। ਕੁੰਡਾ ਰਾਜ ਜੋ ਮਾਫੀਆ ਰਾਜ ਜਿਹੜਾ ਹੈਗਾ ਪੁਰਾਣੀ ਸਰਕਾਰ ਨੇ, ਅਕਾਲੀ ਦਲ BJP ਨੇ ਚਲਾਇਆ ਸੀ, ਉਹ ਤੋਂ ਰਾਹਤ ਮਿਲੂਗੀ। ਪਰ ਮੈਂ ਸਮਝਦਾ ਇਹ ਤਾਂ ਹੱਦਾਂ ਬੰਦੇ ਟੱਪ ਗਿਆ ਕੈਪਟਨ ਸਾਹਿਬ। ਇਹਨਾਂ ਨੇ ਤਾਂ ਆਹ ਜਿਹੜੀ ਫੀਸ ਲਾਈ ਆ, ਤਤਕਾਲ ਫੀਸ ਲਾਤੀ ਵੀ ਜੇ ਤੁਸੀਂ ਘੰਟੇ 'ਚ ਜਾ ਕੇ ਰਜਿਸਟਰੀ ਕਰਾਉਣੀ ਆ ਜਾਂ ਤੁਸੀਂ ਇੱਕ ਦਿਨ 'ਚ ਜਿਹੜੀ ਕੋਈ ਅਪੁਆਇੰਟਮੈਂਟ ਲੈ ਕੇ ਕਰਾਉਣੀ ਤਾਂ 5000 ਦਿਓ, ਜੇ ਤੁਸੀਂ ਨੋਰਮਲ 'ਚ ਕਰਾਉਣਾ ਜਾਂ 2 ਦਿਨ ਲੱਗਦੇ ਨੇਗੇ ਉੱਥੇ ਤੁਸੀਂ 500 ਰੁਪਇਆ ਦਿਓ। ਇਹ ਬਹੁਤ ਹੀ ਨਿੰਦਣਯੋਗ ਫੈਸਲਾ ਕੈਪਟਨ ਸਾਹਿਬ ਦਾ। ਕੈਪਟਨ ਸਾਹਿਬ, ਤੁਸੀਂ ਪੰਜਾਬ ਸਰਕਾਰ ਚਲਾ ਰਹੇ ਹੋ, ਸਰਕਾਰ ਹਮੇਸ਼ਾ ਵੈਲਫੇਅਰ ਦੀ ਹੁੰਦੀ ਆ, ਲੋਕ ਭਲਾਈ ਦੇ ਲਈ ਹੁੰਦੀ ਆ, ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਣਾ ਹੁੰਦਾ ਗਾ, ਤੇ ਤੁਸੀਂ ਤਾਂ ਇਸ ਤਰ੍ਹਾਂ ਕਰ ਰਹੇ ਹੋ ਜਿਹੜੇ ਕੋਈ ਪ੍ਰਾਈਵੇਟ ਲਿਮਿਟਡ ਕੰਪਨੀ ਜਿਹੜਾ ਹੈਗਾ ਲੋਕਾਂ ਨੂੰ ਲੁੱਟਣਾ ਗਾ, ਵੱਧ ਤੋਂ ਵੱਧ ਮੁਨਾਫਾ ਕਮਾਉਣਾ ਗਾ। ਸਰਕਾਰਾਂ ਆਉਣ ਲਈ ਵੀ ਹੁੰਦੀਆਂ, ਸਰਕਾਰਾਂ ਭਲਾਈ ਲਈ ਹੁੰਦੀਆਂ ਨੇਗੀਆਂ। ਪਰ ਬੜੀ ਹੈਰਾਨੀ ਦੀ ਗੱਲ ਆ ਕਿ ਜਿਹੜੇ ਮਨਪ੍ਰੀਤ ਸਿੰਘ ਬਾਦਲ ਨੇ ਉਹ ਇਸ ਤਰ੍ਹਾਂ ਕੰਮ ਕਰ ਰਹੇ ਨੇ ਕਿ ਜਿਵੇਂ ਚਾਰਟਰਡ ਅਕਾਊਂਟੈਂਟ ਹੋਣ ਕੰਪਨੀ ਦੇ, ਉਹ ਲਿਮਿਟਡ ਕੰਪਨੀ ਉਹਨਾਂ ਨੇ ਬਣਾ ਰੱਖੀ ਆ ਪੰਜਾਬ ਸਰ ਪੰਜਾਬ ਤੋਂ। ਚੀਮਾ ਸਾਹਿਬ, ਬਹੁਤ ਹੀ ਮਾੜਾ ਫੈਸਲਾ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ, ਇਹਦੇ ਵਿੱਚ ਮੈਂ ਇਸ ਸੈਸ਼ਨ ਦੇ ਵਿੱਚ ਇਸ ਚੀਜ਼ ਵਿੱਚ ਚੀਮਾ ਸਾਹਿਬ ਚੀਮਾ ਸਾਹਿਬ ਚੀਮਾ ਸਾਹਿਬ ਨਵਤੇਜ ਚੀਮਾ ਜੀ ਵੀ ਸਾਡੇ ਨਾਲ ਜੁੜ ਗਏ ਨੇ, ਸੀਨੀਅਰ ਕਾਂਗਰਸੀ ਲੀਡਰ ਨੇ। ਨਵਤੇਜ ਚੀਮਾ ਜੀ, ਹਰਪਾਲ ਚੀਮਾ ਜੀ ਜੁੜੇ ਹੋਏ ਨੇ ਲੀਡਰ ਆਫ ਆਪੋਜੀਸ਼ਨ। ਸਵਾਲ ਖੜਾ ਹੋ ਰਿਹਾ ਹੈ ਕਿ ਹੁਣ ਜਿਹੜਾ ਫੈਸਲਾ ਤੁਹਾਡੀ ਸਰਕਾਰ ਨੇ ਲਿਆ, ਜੇ ਤਹਿਸੀਲਾਂ ਦੇ ਵਿੱਚ ਸਾਡੇ ਪੰਜਾਬੀ ਕੰਮ ਕਰਵਾਉਣ ਜਾਣਗੇ ਤਾਂ 500 ਰੁਪਇਆ ਅਪੁਆਇੰਟਮੈਂਟ ਫੀਸ ਭਰਨਗੇ, ਅਤੇ ਜੇ ਤਤਕਾਲ 'ਚ ਉਹਨਾਂ ਨੂੰ ਚਾਹੀਦੀ ਹੈ ਅਪੁਆਇੰਟਮੈਂਟ ਤਾਂ 5000 ਰੁਪਇਆ ਦੇਣਾ ਪਵੇਗਾ। ਕਿਰਪਾ ਪੰਜਾਬ ਦੇ ਲੋਕਾਂ ਨੂੰ ਸਮਝਾਓ, ਲੀਡਰ ਆਫ ਆਪੋਜੀਸ਼ਨ ਹਰਪਾਲ ਚੀਮਾ ਜੀ ਨੂੰ ਵੀ ਸਮਝਾਓ ਕਿ ਆਖਿਰ 500 ਰੁਪਇਆ ਤਾਂ 5000 ਰੁਪਇਆ ਸਿਰਫ ਅਪੁਆਇੰਟਮੈਂਟ ਦਾ, ਉਹ ਵੀ ਕਾਹਦੇ ਵਾਸਤੇ? ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਚੀਮਾ ਸਾਹਿਬ ਜਿਹੜੇ ਲੀਡਰ ਆਪੋਜੀਸ਼ਨ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਆਰਾਮ ਨਾਲ ਚੱਲੋ, ਦਿੱਲੀ ਕੋਈ ਗੱਲ ਨਹੀਂ, ਪਰ ਪੰਜਾਬ 'ਚ ਤੁਹਾਡੀ ਕੋਈ ਗੱਲ ਨਹੀਂ। ਦਿੱਲੀ ਇੱਕ ਕਾਰਪੋਰੇਸ਼ਨ ਤੌਰ 'ਤੇ ਸਟੇਟ ਆ, ਇਹ ਹੈਗੀ ਆ ਪੰਜਾਬ ਪੂਰੀ ਸਟੇਟ 'ਚ, ਇੱਥੇ ਪੁਲਿਸ ਦਾ ਖਰਚਾ, ਚੀਜ਼ ਦਾ ਖਰਚਾ ਹੈ। ਇਹਨਾਂ ਦੇ ਐਕਚੁਲੀ ਦਿਮਾਗ ਦੇ ਵਿੱਚ ਜਿਹੜੀ ਗੱਲ ਬੈਠ ਗਈ ਆ ਉਹ ਨਹੀਂ ਕਰਨੀ ਚਾਹੀਦੀ, ਔਰ ਜਿਹੜੀ ਧਰਾਤਲ ਦਾ ਸਹੀ ਚੀਜ਼ ਆ
ਉਹਨੂੰ ਵਾਚਣਾ ਚਾਹੀਦਾ ਤੇ ਇਹਨਾਂ ਨੂੰ ਉਹ ਚੀਜ਼ ਵਾਚ ਕੇ ਫਿਰ ਚੱਲਣਾ ਚਾਹੀਦਾ ਇਹਨਾਂ ਦੇ ਵਿੱਚ। ਤੇ ਬਸ ਸੀਐਮ ਦੇ ਅਹੁਦੇ ਦੀ ਦੌੜ ਇਹਨਾਂ ਚੀਜ਼ਾਂ ਦੌੜ ਲੱਗੀ ਆ, ਤੇ ਉਹ ਕੋਈ ਇਹੋ ਜਿਹੀ ਗੱਲ ਨਹੀਂ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਆ ਦੇਖ ਕੇ ਬਿਲਕੁਲ ਧਰਾਤਲ ਨੂੰ ਹਰ ਚੀਜ਼ ਨੂੰ ਦੇਖ ਕੇ ਪੂਰਾ। ਚੀਮਾ ਸਾਹਿਬ ਇੱਕ ਗੱਲ ਜਿਹੜਾ ਹੈ ਤੁਸੀਂ ਧਰਾਤਲ ਦੀ ਗੱਲ ਕੀਤੀ ਯਾਨੀ ਕਿ ਤੁਸੀਂ ਗਰਾਊਂਡ ਲੈਵਲ ਦੀ ਗੱਲ ਕੀਤੀ, ਮੈਂ ਹਰਪਾਲ ਚੀਮਾ ਜੀ ਕੋਲ ਵੀ ਆਊਂਗਾ। ਇੱਕ ਪੰਜਾਬੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਿਰਪਾ ਇਹ ਦੱਸ ਦਿਓ ਕਿ ਜਦੋਂ ਆਪਾਂ ਤਹਿਸੀਲਾਂ ਦੇ ਵਿੱਚ ਕੰਮ ਕਰਾਉਣ ਜਾਵਾਂਗੇ, ਸਾਡੇ ਕਿਸੇ ਵੀ ਪੰਜਾਬੀ ਨੇ ਕੰਮ ਕਰਵਾਉਣ ਜਾਣਾ ਹੈ, ਆਪਣੀ ਰਜਿਸਟਰੀ ਕਰਵਾਉਣੀ ਹੈ, ਫਰਦ ਨਿਕਲਵਾਉਣੀ ਹੈ, ਫੀਸ ਲਾਤੀ, ਅਤੇ ਜਿਹੜੀ ਅਪੁਆਇੰਟਮੈਂਟ ਹੈ ਤਹਿਸੀਲ ਦੇ ਵਿੱਚ ਕੰਮ ਕਰਾਉਣ ਦੇ ਲਈ ਉਸਦੇ ਲਈ 500 ਰੁਪਇਆ ਰੱਖਤਾ, ਅਤੇ ਜੇ ਉਹ ਅਪੁਆਇੰਟਮੈਂਟ 4 ਦਿਨ ਦੀ ਆਉਂਦੀ ਹੈ ਜਾਂ 6 ਦਿਨ ਦੀ ਆਉਂਦੀ ਹੈ, ਉਸ ਨੂੰ ਕੱਟ ਕੇ ਆਪਾਂ ਨੂੰ ਸੇਮ ਡੇ ਚਾਹੀਦੀ ਹੈ, ਆਪਣੇ ਮਨ ਮੁਤਾਬਕ ਦੀ ਡੇਟ ਚਾਹੀਦੀ ਹੈ, ਅਤੇ 5,000 ਰੁਪਇਆ ਤਤਕਾਲ ਦੀ ਫੀਸ। ਇਹ ਤਾਂ ਇੱਦਾਂ ਲੱਗ ਰਿਹਾ ਜਿਵੇਂ ਤੁਸੀਂ ਪਾਸਪੋਰਟ ਬਣਾਉਣਾ ਹੁੰਦਾ, ਨੋਰਮਲ ਫੀਸ 1,500 ਰੁਪਇਆ, ਤਤਕਾਲ ਦੀ 2,500 ਰੁਪਇਆ। ਕਿ ਇਸੇ ਤਰ੍ਹਾਂ ਟੈਕਸ ਕੋਈ ਇੱਥੇ ਦਿੰਦਾ ਨਹੀਂ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਆ ਲੋਕ। ਔਰ ਦੂਸਰੀ ਗੱਲ ਜਿਹੜੀ ਸਬਸਿਡੀ ਅਸੀਂ ਦਿੰਦੇ ਕਿਸਾਨਾਂ ਨੂੰ ਚਾਹੀਦੀ ਹੈ, ਕਿਸਾਨ ਵਿਚਾਰੇ ਜਿਹੜੇ ਪੰਜਾਬ ਦੇ ਵਿੱਚ ਬਹੁਤ ਜਿਹੜਾ ਫਸਲੀ ਚੱਕਰ ਦੇ ਵਿੱਚ ਪਏ ਆ। ਦੂਸਰੀ ਗੱਲ ਜਿਹੜੀ ਦਿੱਲੀ ਦੀ ਗੱਲ ਕਰਦੇ ਨਾ ਵਾਰ ਵਾਰ ਹਰਪਾਲ ਚੀਮਾ ਜੀ, ਦਿੱਲੀ 'ਚ ਅਸੀਂ ਇਹ ਕਰਤਾ ਵੋ ਕਰਤਾ, ਦਿੱਲੀ 'ਚ ਟੈਕਸ ਆਉਂਦਾ ਹੀ ਆਉਂਦਾ, ਜਾਂਦਾ ਕੋਈ ਨੀ, ਨਾ ਉੱਥੇ ਪੁਲਿਸ ਦਾ ਫਿਕਰ ਟੈਕਸ ਦੇਣਾ, ਨਾ ਕਿਸਾਨਾਂ ਨੂੰ ਮੋਟਰਾਂ ਦੀ ਸਬਸਿਡੀ ਦੇਣੀ ਆ, ਨਾ ਹੋਰ ਕਿਸੇ ਨੂੰ ਦੇਣੀ ਆ। ਇਸ ਕਰਕੇ ਜਿਹੜਾ ਪੰਜਾਬ ਦਾ ਜਿਹੜਾ ਹੈਲਥ ਜਿਹੜਾ ਧਰਾਤਲ ਦਾ ਸਿਸਟਮ ਆ ਹੋ ਰਿਹਾ ਦਿੱਲੀ ਦਾ ਹੋ ਰਿਹਾ, ਇਹਨਾਂ ਨੂੰ ਸਮਝਣਾ ਚਾਹੀਦਾ। ਸਿਰਫ ਇੱਕ ਕੋਈ ਚੀਜ਼ ਦੇਖ ਕੇ ਇਹ ਨਹੀਂ ਕਰਨਾ ਚਾਹੀਦਾ ਵੀ ਫਲਾਨਾ ਸਾਡਾ ਜੀ ਕੇਜਰੀਵਾਲ ਨੇ ਉੱਥੇ ਕੰਮ ਕੀਤਾ, ਉਹ ਫਲਾਨਾ ਕੀਤਾ ਨਸ਼ਾ ਸੁਧਾਰਤੀ ਹੋਸਪਿਟਲ ਦੀ ਸੁਧਾਰਤੀ, ਇੱਥੇ ਉਹ ਗੱਲ ਹੈ ਨਹੀਂ ਗੀ, ਇੱਥੇ ਤਾਂ ਸਿਰਫ ਸਾਰਾ ਸਟੇਟ ਦਾ ਕੰਮ ਸਾਂਭਣਾ ਪੈਣਾ। ਆਲਰਾਈਟ ਹਰਪਾਲ ਜੀ, ਠੀਕ ਹੈ, ਚੀਮਾ ਸਾਹਿਬ ਬਣੇ ਰਹੋ, ਹਰਪਾਲ ਜੀ ਤੋਂ ਵੀ ਪੁਆਇੰਟ ਲੈਣੇ ਆ। ਹਰਪਾਲ ਜੀ, ਨਵਤੇਜ ਜੀ ਕਹਿ ਰਹੇ ਨੇ ਕਿ ਤੁਹਾਨੂੰ ਕਾਹਲੀ ਜ਼ਿਆਦਾ ਪੈ ਗਈ, ਦਿੱਲੀ ਜਿੱਤਣ ਤੋਂ ਬਾਅਦ ਤੁਹਾਡਾ ਲੱਗਦਾ ਅਗਲਾ ਟਿਕਾਣਾ ਹੁਣ ਪੰਜਾਬ ਹੈ, ਨਜ਼ਰਾਂ ਗੜਾ ਲਈਆਂ, ਇਸ ਕਰਕੇ ਜ਼ਿਆਦਾ ਕਾਹਲੀ ਨਾ ਕਰੋ, ਸਮਝੋ ਕਿ ਪੰਜਾਬ ਦੀਆਂ ਲੋੜਾਂ ਵੱਖਰੀਆਂ ਹੈਗੀਆਂ, ਇਹ ਉਹਨਾਂ ਦਾ ਕਹਿਣਾ, ਅਤੇ ਫੀਸਾਂ ਤਾਂ ਲਾਈਆਂ ਕਿ ਖਜ਼ਾਨਾ ਭਰ ਸਕੇ। ਬੜੀ ਹੈਰਾਨੀ ਦੀ ਗੱਲ ਆ ਕਿ ਜਿਹੜਾ ਪੰਜਾਬ 1992 ਤੱਕ ਸਰਪਲਸ ਸਟੇਟ ਹੁੰਦਾ ਸੀਗਾ, ਜਿੱਥੇ ਰੈਵਨਿਊ ਸਰਪਲਸ ਹੁੰਦਾ ਸੀਗਾ, 1992 ਤੱਕ ਜਦੋਂ ਟੈਰਰਿਸਟ ਦਾ ਟਾਈਮ ਆਇਆ, ਸਿਰਫ 9,000 ਕਰੋੜ ਦਾ ਕਰਜ਼ਾ ਚੜਿਆ ਪੰਜਾਬ ਦੇ ਉੱਤੇ, 9,000 ਕਰੋੜ ਤੋਂ ਵੀ ਘੱਟ ਸੀਗਾ, ਜਿਹਦੇ ਵਿੱਚ 6,000 ਕਰੋੜ ਰੁਪਇਆ ਸੈਂਟਰ ਨੇ ਮਾਫ਼ ਕਰ ਦਿੱਤਾ ਸੀਗਾ, ਲਗਭਗ 2,700-2,800 ਕਰੋੜ ਦਾ ਕਰਜ਼ਾ ਸੀਗਾ 92 ਤੋਂ ਬਾਅਦ। 92 ਤੋਂ ਲੈ ਕੇ 97 ਤੱਕ ਕਿਹਦੀ ਗੌਰਮੈਂਟ ਰਹੀ ਆ ਪੰਜਾਬ 'ਚ? ਕਾਂਗਰਸ ਪਾਰਟੀ ਦੀ। 97 ਤੋਂ ਲੈ ਕੇ 2002 ਤੱਕ ਕਿਹਦੀ ਸਰਕਾਰ ਰਹੀ ਆ? ਅਕਾਲੀ ਦਲ ਬੀਜੇਪੀ ਦੀ। 2002 ਤੋਂ ਲੈ ਕੇ 2007 ਤੱਕ ਕਿਹਦੀ ਸਰਕਾਰ ਰਹੀ ਆ? 2002 ਤੋਂ ਲੈ ਕੇ 2007 ਤੱਕ ਕਿਹਦੀ ਸਰਕਾਰ ਰਹੀ ਆ? ਕੈਪਟਨ ਸਾਹਿਬ ਦੀ ਸਰਕਾਰ ਰਹੀ ਆ। 2007-2017 ਤੱਕ ਕਿਹਦੀ ਸਰਕਾਰ ਰਹੀ ਆ? ਅਕਾਲੀ ਦਲ ਬੀਜੇਪੀ ਦੀ ਸਰਕਾਰ ਰਹੀ ਆ। 2017 ਤੋਂ ਲੈ ਕੇ ਹੁਣ ਤੱਕ ਕਿਹਦੀ ਸਰਕਾਰ ਹੈਗੀ? ਕੈਪਟਨ ਸਾਹਿਬ ਦੀ ਸਰਕਾਰ ਆ। ਫਿਰ 2,50,000 ਕਰੋੜ ਦਾ ਕਰਜ਼ਾ ਕਿੱਥੋਂ ਹੋ ਗਿਆ? ਮੈਂ ਨਵਤੇਜ ਜੀ ਨੂੰ ਪੁੱਛਣਾ ਚਾਹੁੰਦਾ, ਮੇਰੇ ਬੜੇ ਸਤਿਕਾਰਯੋਗ ਭਰਾ ਨੇਗੇ, ਕਿ ਕਰਜ਼ਾ ਕਿਵੇਂ ਚੜਿਆ? ਕਰਜ਼ਾ ਕਿਵੇਂ ਚੜਿਆ? ਇਹ ਤਾਂ ਚੜਿਆ ਜੇ ਪੰਜਾਬ ਦੇ ਖਜ਼ਾਨੇ ਦੀ ਲੀਕੇਜ ਆ, ਜੇ ਅੱਜ ਪੰਜਾਬ ਦੇ ਵਿੱਚ ਮਾਈਨਿੰਗ ਮਾਫੀਆ ਕੰਮ ਕਰ ਰਿਹਾ, ਜੇ ਅੱਜ ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀਆ ਕੰਮ ਕਰ ਰਿਹਾ, ਜੇ ਅੱਜ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਕੰਮ ਕਰ ਰਿਹਾ, ਜੇ ਅੱਜ ਪੰਜਾਬ ਦੇ ਵਿੱਚ ਡਰੱਗ ਮਾਫੀਆ ਕੰਮ ਕਰ ਰਿਹਾ, ਅੱਜ ਪੰਜਾਬ ਸਟੇਟ ਜਿਹੜਾ ਮਾਫੀਆ ਸਟੇਟ ਬਣਿਆ ਹੋਇਆ ਹੈਗਾ, ਇਹ ਕਹਿ ਰਹੇ ਨੇ ਖਜ਼ਾਨਾ ਨਹੀਂ ਭਰ ਸਕਦਾ, ਖਜ਼ਾਨਾ ਲੋਕਾਂ ਦਾ, ਜਿਹੜੇ ਟੈਕਸ ਪੇਅਰ ਨੇ, ਜਿਹੜੇ ਗਰੀਬ ਲੋਕ ਨੇ, ਆਮ ਲੋਕ ਨੇ, ਜਿਹੜੇ ਹਰਪਾਲ ਜੀ ਦਾ ਕਹਿਣਾ ਹੈ ਕਿ ਜਿਹੜੇ ਖਜ਼ਾਨੇ ਦੇ ਵਿੱਚ ਲੀਕੇਜ ਹੈ ਉਹ ਤਾਂ ਤੁਹਾਡੇ ਕੋਲ ਭਰੀ ਨਹੀਂ ਜਾ ਰਹੀ, ਤੇ ਲੋਕਾਂ ਤੇ ਟੈਕਸ ਲਾ ਕੇ ਵਾਧੂ ਬੋਝ ਪਾ ਕੇ ਹੁਣ ਖਜ਼ਾਨਾ ਭਰਨ ਦੀ ਇਹ ਕਵਾਇਦ ਕੀਤੀ ਜਾ ਰਹੀ ਹੈ। ਬਿਲਕੁਲ, ਸਾਡੇ ਵੱਡੇ ਵੀਰ ਚੀਮਾ ਸਾਹਿਬ ਜੀ,
ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜਾ ਟੈਕਸ ਆਪਾਂ ਕਹਿੰਦੇ ਵੀ ਗੌਰਮੈਂਟ ਕੋਈ ਚੀਜ਼ ਕਰੇ, ਜਦੋਂ ਟੈਕਸ ਆਪਾਂ ਦੇਣਾ ਹੀ ਕਿਸੇ ਨੂੰ ਨਹੀਂ, ਗੌਰਮੈਂਟ ਨੂੰ ਕਿੰਨਾ ਕੁ ਦਿੰਦੇ ਆਪਾਂ, ਕਿਤੇ ਕਰਦੇ ਹਾਂ, ਜੋ ਕਰਦੇ ਹਾਂ ਸਾਰਾ ਸਾਨੂੰ ਇਹਨਾਂ ਨੂੰ ਪਤਾ, ਸਾਨੂੰ ਪਤਾ। ਇਹ ਸਿਰਫ ਜੋ ਪਿਛਲੇ 10 ਸਾਲਾਂ ਦੇ ਵਿੱਚ ਨੁਕਸਾਨ ਹੋਇਆ 3 ਸਾਲ ਦੇ ਵਿੱਚ ਉਹ ਫਿਨਿਸ਼ ਕੀਤਾ ਆ, ਹੁਣ ਸਿਰਫ ਜਿਹੜਾ ਅੱਗੇ ਹੁਣ 2 ਸਾਲ ਰਹਿ ਗਏ ਸਾਡੇ, ਇਹਦੇ ਵਿੱਚ ਡਿਵੈਲਪਮੈਂਟ ਲਈ ਸਾਨੂੰ ਪੈਸਾ ਪਿੰਡਾਂ ਦੇ ਵਿੱਚ ਆ ਗਿਆ, ਸ਼ਹਿਰਾਂ ਦੇ ਵਿੱਚ ਆ ਗਿਆ। ਇਹ ਜਿਹੜਾ ਸੋ ਸਵਾਲ ਇਹ ਖੜਾ ਹੋ ਰਿਹਾ ਚੀਮਾ ਸਾਹਿਬ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਖਜ਼ਾਨਾ ਜਿਹੜਾ ਹੈਗਾ ਖਾਲੀ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਇਹ ਕਾਂਗਰਸ ਦਾ ਕਹਿਣਾ ਹੈਗਾ ਕਿ ਜਦੋਂ ਟੈਕਸ ਦੇਵਾਂਗੇ ਨਹੀਂ ਤਾਂ ਖਜ਼ਾਨਾ ਭਰੇਗਾ ਕਿਵੇਂ? ਜੀ, ਖਜ਼ਾਨੇ ਨੂੰ ਲੁੱਟਣ ਦੀ ਕਵਾਇਦ ਇਸੇ ਤਰ੍ਹਾਂ ਜਾਰੀ, ਤਾਂ ਖਜ਼ਾਨਾ 100 ਸਾਲ ਨਹੀਂ ਭਰ ਸਕਦਾ। ਜੇ ਖਜ਼ਾਨਾ ਇਸੇ ਤਰ੍ਹਾਂ ਲੁੱਟਦਾ ਰਿਹਾ, ਕਿ ਖਜ਼ਾਨਾ ਇਸੇ ਤਰ੍ਹਾਂ ਲਟਾਉਂਦੇ ਰਹੇ, ਤਾਂ ਖਜ਼ਾਨਾ ਨਹੀਂ ਭਰ ਸਕਦਾ। ਹੁਣ ਕੀ ਕਹਿ ਰਹੇ ਨੇ ਕਿ 2 ਸਾਲ ਵਿਕਾਸ ਕਰਨਾ, ਕੀ ਵਿਕਾਸ ਕਰਨਾ? ਗਲੀਆਂ ਨਾਲੀਆਂ, ਕਹਿੰਦੇ ਗਲੀਆਂ ਨਾਲੀਆਂ ਢਾਟ ਆ ਕੇ ਬਣਾਈ ਜਾਵਾਂਗੇ। ਦੱਸੋ ਮੈਨੂੰ ਕਿਹੜੀ ਇੰਡਸਟਰੀ ਪੰਜਾਬ 'ਚ ਆਈ ਆ? ਦੱਸੋ ਮੈਨੂੰ ਕਿਹੜੀ ਪੰਜਾਬ 'ਚ ਇੰਡਸਟਰੀ ਆਈ ਆ ਪੰਜਾਬ ਦੇ ਵਿੱਚ? ਦੱਸੋ ਪੰਜਾਬ ਸਰਕਾਰ ਨੇ ਕਿਹੜੇ ਜਿਹੜੇ ਹੈਗੇ ਨੇਗੇ ਐਜੂਕੇਸ਼ਨ ਸੁਧਾਰ ਕੀਤੇ ਨੇ, ਕਿਹੜੇ ਜਿਹੜੇ ਹੈਗੇ ਨੇ ਮੈਡੀਕਲ ਖੇਤਰ ਸੁਧਾਰ ਕੀਤੇ ਨੇਗੇ, ਕਿਹੜੇ ਜਿਹੜਾ ਹੈਗਾ ਇਲੈਕਟ੍ਰਿਸਿਟੀ ਦੇ ਰੇਟ ਜਿਹੜੇ ਬਾਦਲ ਵਧਾ ਕੇ ਗਿਆ ਸੀ ਉਹਨੂੰ ਕਿਉਂ ਨੀ ਰੱਦ ਕਰਦੇ, ਜਿਹੜਾ ਡਰੱਗ ਮਾਫੀਆ ਰੋਕਿਆ ਗਿਆ? ਇਹ ਸਾਰੀਆਂ ਗੱਲਾਂ ਕਰਨ ਨੂੰ ਨੇਗੀਆਂ। ਖਜ਼ਾਨਾ ਤਾਂ ਭਰਿਆ ਜਾ ਸਕਦਾ ਨੋਟੀਫਿਕੇਸ਼ਨ ਜਾਰੀ ਕੀਤਾ ਕਿ 500 ਰੁਪਏ ਦੀ ਅਪੁਆਇੰਟਮੈਂਟ ਹੈਗੀ ਆ ਤੁਹਾਡੀ ਤਹਿਸੀਲ 'ਚ ਜਾ ਕੇ ਕੰਮ ਕਰਵਾਉਣ ਦੀ, ਤੇ ਤਤਕਾਲ 'ਚ 5000 ਰੁਪਏ ਦੀ, ਕਿ ਜਿਵੇਂ ਹੁਣ ਉੱਥੇ ਜਾ ਕੇ 500 ਰੁਪਏ 'ਚ ਦੇ ਕੇ ਬਿਨਾਂ ਕਿਸੇ ਕਰਪਸ਼ਨ ਤੋਂ ਤੁਹਾਡਾ ਕੰਮ ਹੋ ਜਾਏਗਾ। 500 ਰੁਪਏ ਦੇ ਦਿੱਤਾ, ਹੁਣ ਤੁਸੀਂ ਕਿਸੇ ਨੂੰ ਕੋਈ ਖਵਾਉਣਾ ਨਹੀਂ, 2 ਨੰਬਰ ਦਾ ਪੈਸਾ ਕੋਈ ਨਹੀਂ ਦੇਣਾ। 500 ਰੁਪਏ ਦਾ ਮਤਲਬ ਇਹ ਹੈ ਕਿ ਗਰੰਟੀ ਹੈ, 500 ਰੁਪਏ ਦੇ ਕੇ ਜਿਹੜੇ ਅੰਦਰ ਸਾਰੇ ਕੰਮ ਹੁੰਦੇ ਸੀਗੇ ਹੋ ਜਾਣਗੇ, ਹੁਣ ਉੱਪਰੋਂ ਪੈਸਾ ਨਹੀਂ ਖਵਾਉਣਾ ਪਏਗਾ। ਜਾਂ ਤਾਂ ਸਰਕਾਰ ਇਸ ਨੂੰ ਅਸ਼ਿਓਰ ਕਰੇ। ਦੇਖੋ, ਤੁਸੀਂ ਕਿਸੇ ਤਹਿਸੀਲ ਚਲੇ ਜਾਓ, ਕਿਸੇ ਪੁਲਿਸ ਸਟੇਸ਼ਨ ਚਲੇ ਜਾਓ, ਤੁਹਾਨੂੰ ਛੋਟੀ ਤੋਂ ਛੋਟੀ ਐਪਲੀਕੇਸ਼ਨ ਦੇਣ ਦੇ ਲਈ, ਤੁਹਾਨੂੰ ਛੋਟੀ ਤੋਂ ਛੋਟੀ ਜਿਹੀ ਰਜਿਸਟਰੀ ਕਰਾਉਣ ਲਈ 2000 ਤੋਂ ਲੈ ਕੇ 5000 ਪ੍ਰਤੀ ਰਜਿਸਟਰੀ ਰੇਟ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ। ਜਿਹੜੇ ਤਹਿਸੀਲਾਂ ਨੇਗੀਆਂ ਉਹ ਠੇਕੇ 'ਤੇ ਚੜੀਆਂ ਹੋਈਆਂ ਨੇਗੀਆਂ, ਪੁਲਿਸ ਸਟੇਸ਼ਨ ਨੇ ਉਹ ਠੇਕੇ 'ਤੇ ਚੜੇ ਹੋਏ ਨੇਗੇ। ਸੋ ਪੰਜਾਬ ਦੇ ਵਿੱਚ ਇਸ ਟਾਈਮ ਕਰਪਸ਼ਨ ਜਿਹੜੀ ਹੈਗੀ ਆ, ਮਤਲਬ ਕਿ ਬਹੁਤ ਵੱਡੀ ਪੱਧਰ 'ਤੇ ਫੈਲੀ ਹੋਈ ਆ। ਕੋਈ ਸਰਕਾਰ ਦਾ ਇਰਾਦਾ ਨਹੀਂ ਹੈਗਾ, ਬਲਕਿ ਇੱਕ ਪਾਸੇ ਤਾਂ ਸਾਨੂੰ ਕਰਪਸ਼ਨ ਦੇਣੀ ਪੈ ਰਹੀ ਆ ਪੰਜਾਬ ਦੇ ਲੋਕਾਂ ਨੂੰ, ਔਰ ਦੂਜੇ ਪਾਸੇ ਆ ਟੈਕਸ ਲਾ ਤੇ। ਇਹ ਹੋ ਗਿਆ ਵੀ ਲੋਕਾਂ ਨੂੰ ਬਿਲਕੁਲ ਹੀ, ਲੋਕਾਂ ਦਾ ਮੈਂ ਸਮਝਦਾ ਨੂੰ ਇਸ ਕਰਤਾ ਵੀ ਲੁੱਟਣਾ ਹੀ ਲੁੱਟਣਾ ਗਾ ਸਰਕਾਰ ਨੇ। ਇੱਕ ਪਾਸੇ ਸਰਕਾਰੀ ਲੁੱਟ ਹੋਊਗੀ, ਇੱਕ ਪਾਸੇ ਕਰਪਸ਼ਨ ਆਹੀ ਲੁੱਟ ਹੋ ਗਈ। ਜਿਹੜਾ 500 ਰੁਪਇਆ ਲਾਇਆ ਗਾ ਜਾਂ 5000 ਲਾਇਆ, ਸਰਕਾਰ ਨੂੰ ਤੁਰੰਤ ਵਾਪਸ ਲਵੇ। ਬਹੁਤ ਹੀ ਜਿਹੜੀ ਆ ਮਾੜੀ ਗੱਲ ਆ ਕਿ ਹਰ ਸੈਸ਼ਨ ਦੇ ਵਿੱਚ, ਹਰ ਬਜਟ ਦੇ ਵਿੱਚ ਕਰੋੜਾਂ ਰੁਪਏ ਰੁਪਇਆ ਟੈਕਸ ਲੱਗਦਾ ਗਾ, ਤੇ ਮਨਪ੍ਰੀਤ ਸਿੰਘ ਬਾਦਲ ਕਹਿ ਦਿੰਦੇ ਨੇ ਕਿ ਜੀ ਖਜ਼ਾਨਾ ਫਿਰ ਵੀ ਖਾਲੀ ਆ। ਤੁਸੀਂ ਦੇਖੋ, ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾਂ ਬਜਟ ਸੈਸ਼ਨ 'ਚ ਬਜਟ ਪੇਸ਼ ਕੀਤਾ ਸੀਗਾ, ਵਾਈਟ ਪੇਪਰ ਵੀ ਜਾਰੀ ਕੀਤਾ ਸੀਗਾ, ਕਿਹਾ ਸੀਗਾ ਮੈਂ 3 ਸਾਲਾਂ ਦੇ ਵਿੱਚ ਪੰਜਾਬ ਦੀ ਇਕਨੋਮੀ ਨੂੰ ਸੁਧਾਰ ਦੂੰਗਾ, 3 ਸਾਲਾਂ 'ਚ ਪੈਰਾ ਸਿਰ ਦੇ ਵਿੱਚ ਜਿਹੜੀ ਆ ਕਰ ਦੂੰਗਾ ਔਰ ਖਜ਼ਾਨਾ ਭਰ ਦੂੰਗਾ। ਅੱਜ 3 ਸਾਲਾਂ ਬਾਅਦ ਫਿਰ ਟੈਕਸ ਲਈ ਜਾ ਰਹੇ ਨੇ, ਫਿਰ ਹੋਰ ਟੈਕਸ ਵਧਾ ਤੇ। ਦੂਜੇ ਪਾਸੇ ਕਹੀ ਜਾਂਦਾ ਦਿੱਲੀ ਛੋਟਾ ਸਟੇਟ ਆ, ਮੈਂ ਕਹਿੰਦਾ ਚਾਹੇ ਛੋਟਾ ਸਟੇਟ ਆ ਜਾਂ ਵੱਡਾ ਸਟੇਟ ਆ, ਉੱਥੇ ਅਸੀਂ ਕਰਕੇ ਦਿਖਾਇਆ ਲੋਕਾਂ ਨੂੰ। ਲੋਕਾਂ ਨੇ ਕਾਂਗਰਸ ਪਾਰਟੀ ਨੂੰ 17-67 ਕੁ ਸੀਟਾਂ ਤੇ ਲੋਕਾਂ ਨੇ ਜ਼ਮਾਨਤ ਜ਼ਬਤ ਕਰਾਈ ਆ। ਕਾਂਗਰਸ ਪਾਰਟੀ ਨੇ 17-67 ਜ਼ਮਾਨਤ ਜ਼ਬਤ ਹੋਈ ਹੈਗੀ।
ਚੀਮਾ ਸਾਹਿਬ, ਹਰਪਾਲ ਜੀ, ਹਰਪਾਲ ਜੀ, ਇੱਕ ਸਵਾਲ ਹੋਰ ਖੜਾ ਹੋ ਗਿਆ, ਇੱਕ ਸਵਾਲ ਹੋਰ ਖੜਾ ਹੋ ਗਿਆ ਕਿ ਠੀਕ ਹੈ, ਇਹਨਾਂ ਨੇ ਟੈਕਸ ਲਾਤਾ, ਸਰਵਿਸ ਫੀਸ ਲਾਤੀ 500 ਰੁਪਇਆ, 5,000 ਰੁਪਇਆ, ਤੁਹਾਨੂੰ ਲੱਗਦਾ ਕਿ ਅਗਰ ਸਪੋਜ਼ ਇਹ ਫੀਸ ਹੈ, ਤੁਸੀਂ ਕਹਿ ਰਹੇ ਵਾਪਸ ਹੋਣਾ ਚਾਹੀਦਾ, ਕਿ ਅਗਰ ਇਸ ਨੂੰ ਬੜਾ ਰੈਸ਼ਨਲੀ ਅਤੇ ਲੋਜੀਕਲੀ ਲਗਾਇਆ ਜਾਵੇ ਤਾਂ ਇਹਨੂੰ ਜਸਟੀਫਾਈ ਕੀਤਾ ਜਾ ਸਕਦਾ ਕਿ ਸਪੋਜ਼ ਕੋਈ ਵੀ ਕੰਮ ਹੈ ਜਿਹੜਾ ਮੁਫ਼ਤ, ਆਪਾਂ ਮੰਨਦੇ ਹਾਂ ਕਿ ਮੁਫ਼ਤ ਹਰ ਚੀਜ਼ ਮਾੜੀ ਹੁੰਦੀ, ਤੁਸੀਂ ਵੀ ਕਹਿੰਦੇ ਹੋ ਮੁਫ਼ਤ ਦੀਆਂ ਆਦਤਾਂ ਨਹੀਂ ਪਾਉਣੀਆਂ ਚਾਹੀਦੀਆਂ, ਅਤੇ ਜੇ ਇਸ ਨੂੰ ਰੈਸ਼ਨਲਾਈਜ਼ ਕਰਕੇ ਲਾਇਆ ਜਾਵੇ ਤਾਂ ਠੀਕ ਹੈ? ਬਿਲਕੁਲ ਗਲਤ ਆ ਜੀ, ਪਹਿਲਾਂ ਹੀ ਟੈਕਸ ਜਿਹੜਾ ਹੈਗਾ ਜੋ ਕੋਈ ਰਜਿਸਟਰੀ ਹੁੰਦੀ ਆ ਜੀ, ਜਦੋਂ ਕੋਈ ਡਾਕੂਮੈਂਟ ਰਜਿਸਟਰ ਹੁੰਦਾ ਉਹਦੀ ਆਲਰੇਡੀ ਫੀਸ ਲੱਗੀ ਹੋਈ ਆ, ਪਹਿਲਾਂ ਹੀ ਚਾਹੇ ਉਹ ਰਜਿਸਟਰੀ ਆ, ਚਾਹੇ ਕੋਈ ਡਾਕੂਮੈਂਟ ਰਜਿਸਟਰ ਕਰਾਉਣਾ, ਚਾਹੇ ਕੋਈ ਵਸੀਅਤ ਆ, ਚਾਹੇ ਕੋਈ ਗੋਦਨਾਮਾ ਗਾ, ਜਾਂ ਕੋਈ ਹੋਰ ਚੀਜ਼ ਰਜਿਸਟਰ ਕਰਾਉਣੀ ਆ ਤਹਿਸੀਲ ਦੇ ਵਿੱਚ ਜਾ ਕੇ, ਤਾਂ ਉਹਦੀ ਆਲਰੇਡੀ ਜਿਹੜੀ ਫੀਸ ਤੈਅ ਹੋਈ ਹੋਈ ਆ, ਪੰਜਾਬ ਸਰਕਾਰ ਨੇ ਤੈਅ ਕੀਤੀ ਹੋਈ ਆ, ਇਸ ਉਹ ਹੋਰ ਉਸ ਫੀਸ ਤੋਂ ਬਿਨਾਂ ਗਾ ਜਿਹੜਾ ਫੈਸਿਲੇਸ਼ਨ ਚਾਰਜਿਸ ਰਹਿਗੇ 500 ਰੁਪਇਆ ਵੀ ਤੁਸੀਂ ਲਾਈਨ 'ਚ ਸਾਹਮਣੇ ਝੋਲੀ ਗੱਡੀ ਖੜੀ ਆ ਸਰਕਾਰ, ਪਰ ਦੂਜੇ ਪਾਸੇ ਟੈਕਸ ਲਾ ਰਹੇ ਨੇ, ਫਿਰ ਸਰਕਾਰ ਥੋੜੀ ਆ ਇਹ ਲੱਗਦਾ ਜਿਵੇਂ ਪ੍ਰਾਈਵੇਟ ਲਿਮਿਟਡ ਕੰਪਨੀ ਬਣ ਚੁੱਕੀ ਹੁੰਦੀ ਆ, ਮਨਪ੍ਰੀਤ ਸਿੰਘ ਬਾਦਲ ਦੇ ਸੀਏ ਨੇ ਲੋਕਾਂ ਨੂੰ ਦੁੱਧ ਲੋ ਬਰਬਾਦ ਕਰ ਦੋ, ਲੋਕਾਂ ਦੀ ਇਕਨੋਮੀ ਇਹਨਾਂ ਨੇ ਤਬਾਹ ਕਰਤੀ, ਹਰਿੰਦਰਪਾਲ ਸਿੰਘ ਚੰਦੂਮਾਜਰਾ ਸਾਹਿਬ ਵੀ ਜੁੜ ਗਏ ਨੇ, ਬਣੇ ਰਹੋ ਤੁਸੀਂ ਕਿਰਪਾ ਨਾਲ, ਚੰਦੂਮਾਜਰਾ ਸਾਹਿਬ, ਹਰਪਾਲ ਚੀਮਾ ਜੀ ਸਾਡੇ ਨਾਲ ਜੁੜੇ ਹੋਏ ਨੇ, ਲੀਡਰ ਆਫ ਆਪੋਜੀਸ਼ਨ ਨੇ, ਸਵਾਲ ਇਹ ਖੜਾ ਹੋ ਰਿਹਾ ਹੈ ਕਿ ਚੀਮਾ ਸਾਹਿਬ ਵੀ ਵਿਰੋਧ ਕਰ ਰਹੇ ਨੇ ਕਿ ਆਖਿਰ 500 ਰੁਪਇਆ ਅਤੇ 5,000 ਰੁਪਇਆ ਫੀਸ ਲਾਤੀ ਸਰਕਾਰ ਨੇ ਅਪੁਆਇੰਟਮੈਂਟ ਸਿਰਫ ਲੈਣ ਵਾਸਤੇ ਤਹਿਸੀਲਦਾਰਾਂ ਦੇ ਕੋਲੋਂ, ਤਹਿਸੀਲ ਦੇ ਵਿੱਚ ਕੰਮ ਕਰਾਉਣ ਨੂੰ ਲੈ ਕੇ, ਅਕਾਲੀ ਦਲ ਦਾ ਕੀ ਬਿਆਨ ਹੈ ਇਸ ਦੇ ਉੱਪਰ? ਦੇਖੋ ਬਾਲੇ ਜੀ, ਮੈਂ ਸਮਝ ਰਿਹਾ ਵੀ ਹਰ ਮੁੱਦੇ ਦੇ ਉੱਤੇ ਕਿਸੇ ਨਾ ਕਿਸੇ ਢੰਗ ਦੇ ਨਾਲ ਸਰਕਾਰ ਦੀਆਂ ਜੇਬਾਂ ਦੇ ਪਾਉਣ ਦੀ ਕੋਸ਼ਿਸ਼ ਕਰ ਰਹੀ ਆ, ਤੇ ਡਿਲੀਵਰ ਕਰ ਰਹੀ ਲੋਕਾਂ ਨੂੰ ਦੇਖ ਕੁਛ ਨਹੀਂ ਰਹੀ, ਫਿਰ ਦਿੱਤੇ ਜਾਂਦੇ ਤੇ ਨਾਂ ਦੇ ਨਾਲ ਵਾਅਦਾ ਬਣਾਈ ਜਾਂਦੀ ਆ, ਹੁਣ 5,000 ਰੁਪਏ ਤੱਕ ਦੀ ਫੀਸ ਜਿਹੜੀ ਲੱਗੀ ਆ, ਮੈਂ ਸਮਝਦਾ ਇਸ ਤੋਂ ਮਤਭਾਗਾ ਹੋਰ ਕੀ ਹੋ ਸਕਦਾ ਕਿ ਤਹਿਸੀਲਾਂ ਲੋਕਾਂ ਲਈ ਬਣੀਆਂ ਹੋਣ, ਉਹਦੇ ਅਪੁਆਇੰਟਮੈਂਟ ਲੈਣ ਲਈ ਕੋਈ ਲੋਕਾਂ ਨੂੰ ਫੀਸਾਂ ਦੇਣੀਆਂ ਪੈਣਗੀਆਂ, ਫਿਰ ਸਰਕਾਰ ਜਿਹੜਾ ਬੈਂਕ ਦੇਗਾ ਉਹ ਕਿੱਥੇ ਗਈ? ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਤੱਕ ਬਿਜਲੀ ਦਾ 4,300 ਕਰੋੜ ਦਾ ਘਟਾਲਾ, ਉਹਦੇ ਤੇ ਐਗਰੀਮੈਂਟ ਗੱਲ ਕਰ ਦਿੰਦੀ ਆ ਸਰਕਾਰ, ਡੀਏ ਦੀਆਂ ਕਿਸ਼ਤਾਂ ਕਿਉਂ ਨਹੀਂ ਮਿਲਦੀਆਂ, ਤੇ ਹੁਣ ਇਹਦੇ ਉੱਤੇ ਕਿਹੜਾ ਐਗਰੀਮੈਂਟ ਆ ਜਿਹੜਾ ਲੋਕਾਂ ਦੀ ਜੇਬਾਂ ਤੇ ਐਡਾ ਵੱਡਾ ਬੋਝ ਪਾਇਆ ਜਾ ਰਿਹਾ ਜਿਹੜੇ 10-10? ਹਰਿੰਦਰ ਜੀ, ਚੰਦੂਮਾਜਰਾ ਸਾਹਿਬ, ਇਹ ਕਿਹਾ ਜਾਂਦਾ ਸੀਗਾ ਜੋ ਤੁਹਾਡੀ 10 ਸਾਲ ਦੀ ਸਰਕਾਰ ਸੀਗੀ ਕਿ ਅਕਾਲੀ ਦਲ ਭਾਜਪਾ ਦੀ ਸਰਕਾਰ ਨੂੰ ਵੀ ਕਾਰਪੋਰੇਟ ਘਰਾਣੇ ਦੇ ਵਾਂਗ ਤੁਸੀਂ ਚਲਾ ਰਹੇ ਸੀ ਅਕਾਲੀ ਦਲ, ਕਹਿੰਦੇ ਹੁਣ ਹਰਪਾਲ ਚੀਮਾ ਜੀ ਜੁੜੇ ਹੋਏ ਨੇ, ਕਹਿੰਦੇ ਕਿ ਮੌਜੂਦਾ ਸਰਕਾਰ ਵੀ ਉਸੇ ਤਰਜ਼ ਦੇ ਉੱਪਰ ਚੱਲ ਰਹੀ ਹੈ, ਇਹ ਵੀ ਕਾਰਪੋਰੇਟ ਅਦਾਰੇ ਦੇ ਵਾਂਗ ਹੀ ਇਹਨੂੰ ਚਲਾਉਣ ਦੀ ਕੋਸ਼ਿਸ਼ 'ਚ ਹੈ, ਚਾਰੋਂ ਤਰਫੋਂ ਲੋਕਾਂ 'ਤੇ ਬੋਝ ਹੀ ਪਾਇਆ ਜਾ ਰਿਹਾ। ਜਿਹੜੇ ਵਾੜੀਆ ਸਾਹਿਬ, ਅਕਾਲੀ ਭਾਜਪਾ ਸਰਕਾਰ ਨੇ ਇੱਕ ਆਧੁਨਿਕ ਪੰਜਾਬ ਦੀ ਨੀਂਹ ਰੱਖੀ ਸੀ ਕਿ ਕਲਸਟਰ ਬਣਾ ਕੇ ਪਿੰਡਾਂ ਦੇ ਵਿੱਚ ਅਸੀਂ ਸੇਵਾ ਕੇਂਦਰ ਖੋਲ੍ਹਦੇ ਸੀਗੇ, ਸਰਕਾਰ ਉਹਨਾਂ ਪਿੰਡਾਂ ਦੇ ਦੁਆਰਾਂ ਦੇ ਉੱਤੇ ਪਹੁੰਚ ਗਈ ਸੀ, ਪਿੰਡਾਂ ਦੇ ਵਿੱਚ ਪਹੁੰਚ ਚੁੱਕੀ ਸੀ, ਅਸੀਂ ਛੋਟੇ ਛੋਟੇ ਤੋਂ ਲੈ ਕੇ ਕਿੰਨੇ ਵੱਡੇ ਕੰਮ ਜਿਹੜੀਆਂ ਰੋਜ਼ਮਰਾ ਦੇ ਲੋੜਾਂ ਹੁੰਦੀਆਂ ਨੇ ਉਹਨਾਂ ਵਾਸਤੇ ਸੇਵਾ ਕੇਂਦਰ ਸਥਾਪਿਤ ਕਰਦੇ ਸੀਗੇ ਪਿਛਲੀ ਸਰਕਾਰਾਂ ਨੇ ਉੱਤੇ। ਤਾਂ ਜਦੋਂ ਏਦਾਂ ਦਾ ਮੁੱਦਾ ਆਉਂਦਾ, ਮੈਂ ਤਾਂ ਚੀਮਾ ਸਾਹਿਬ ਨੂੰ ਵੀ ਕਹੂੰਗਾ, ਏਦਾਂ ਦੇ ਮੁੱਦੇ ਦੇ ਉੱਤੇ ਨਿਸ਼ਾਨਾ ਸਿੱਧਾ ਸਰਕਾਰ ਦੇ ਜੇ ਰੱਖੇ ਆਪਾਂ, ਤਾਂ ਕਿਤੇ ਨਾ ਕਿਤੇ ਸਰਕਾਰ ਜਾਗ ਸਕਦੀ ਹੈ। ਜਦੋਂ ਲੰਗਰ ਵਾਸਤੇ ਉਹਨਾਂ ਨੂੰ ਮੋਰੀਆਂ ਦੇ ਦਿੰਦੇ ਆਪਾਂ, ਪਿਛਲੇ ਸਮੇਂ ਤੱਕ ਦੀਆਂ ਗੱਲਾਂ ਸੁਣਨ ਲੱਗ ਜਾਂਦੇ ਆ, ਇੰਨੇ ਦੇ ਵਿੱਚ ਸਰਕਾਰ ਆਪਣਾ ਕੰਮ ਕਰ। ਚੀਮਾ ਸਾਹਿਬ, ਚੀਮਾ ਸਾਹਿਬ, ਚੰਦੂਮਾਜਰਾ ਸਾਹਿਬ ਕਹਿ ਰਹੇ ਆ ਕਿ ਜਦੋਂ ਉਹਨਾਂ ਦੀ ਸਰਕਾਰ ਸੀਗੀ ਆਧੁਨਿਕ ਪੰਜਾਬ ਦੀ ਨੀਂਹ ਰੱਖੀ ਸੀ ਸੇਵਾ ਕੇਂਦਰ ਖੋਲ ਕੇ, ਤੇ ਨਿਸ਼ਾਨਾ ਲਾਣਾ ਹੁੰਦਾ ਤੇ ਮੌਜੂਦਾ ਸਰਕਾਰ ਤੇ ਲਾਇਆ ਕਰੋ। ਦੇਖੋ ਬੜਾ ਸਪਸ਼ਟ ਆ
ਕਿ ਇਹਨਾਂ ਨੇ ਗੱਲ ਕੀਤੀ ਆ, ਬਿਜਲੀ ਦੀ ਗੱਲ ਕੀਤੀ ਆ ਕਿ ਬਿਜਲੀ ਦੇ ਵਿੱਚ 4700 ਕਰੋੜ ਰੁਪਏ ਦਾ ਘਾਟਾ ਪਿਆ। ਬਿਲਕੁਲ ਕੋਈ ਸ਼ੱਕ ਨਹੀਂ, ਸਰਕਾਰ ਜਿਹੜੀ ਹੈਗੀ ਆ ਕਾਂਗਰਸ ਪਾਰਟੀ ਦੀ, ਇਹ ਵੀ ਉਸੇ ਤਰ੍ਹਾਂ ਤੇ ਚੱਲ ਰਹੀ ਜਿਵੇਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ। ਜਿਹੜੇ ਪਾਵਰ ਪਰਚੇਜ ਐਗਰੀਮੈਂਟ ਹੋਏ ਸੀ, ਜਿਹੜੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਐਗਰੀਮੈਂਟ ਕੀਤੇ ਸੀ, ਉਹ ਕਿਹਨੇ ਕੀਤੇ ਸੀਗੇ? ਉਹ ਅਕਾਲੀ ਦਲ ਬੀਜੇਪੀ ਦੀ ਸਰਕਾਰ ਨੇ ਕੀਤੇ ਸੀਗੇ। ਜੇ ਉਸ ਉਹਨਾਂ ਐਗਰੀਮੈਂਟਾਂ ਦੇ ਵਿੱਚ ਇੰਨੀ ਮਹਿੰਗੀ ਬਿਜਲੀ ਖਰੀਦੀ ਗਈ ਜਾਂ ਕਿਸੇ ਕਿਸੇ ਵੀ ਸੂਬੇ 'ਚ ਇਸ ਤਰ੍ਹਾਂ ਦੀ ਬਿਜਲੀ ਨਹੀਂ ਹੈਗੀ, ਚਾਹੇ ਉਹ ਹਰਿਆਣਾ, ਹਿਮਾਚਲ, ਦਿੱਲੀ, ਜਿਹੜਾ ਮਰਜ਼ੀ ਸਟੇਟ ਦੇਖ ਲਓ, ਮਹਾਰਾਸ਼ਟਰ, ਜਿਹੜਾ ਮਰਜ਼ੀ ਗੁਜਰਾਤ, ਸਭ ਤੋਂ ਮਹਿੰਗੀ ਬਿਜਲੀ ਕਿਹੜਾ ਸਟੇਟ ਖਰੀਦਦਾ? ਪੰਜਾਬ ਸਟੇਟ। ਸਾਰੇ ਸਟੇਟ ਸਸਤੀ ਬਿਜਲੀ ਖਰੀਦਦੇ ਨੇਗੇ। ਸੋ ਇਹ ਇਹਨਾਂ ਨੇ ਐਗਰੀਮੈਂਟ ਕਿਹਨੇ ਕੀਤੇ ਸੀ? ਅਕਾਲੀ ਦਲ ਬੀਜੇਪੀ ਨੇ ਕੀਤੇ ਸੀ। ਕਾਂਗਰਸ ਚ ਫਰਕ ਹੀ ਕੋਈ ਨੀ। ਮੈਂ ਇਹ ਕਹਿਣਾ ਚਾਹੁੰਦਾ, ਜਿਹੜੀ ਇਹ ਨੰਬਰਾਂ ਦੀ ਗੱਲ ਕਰਦੇ ਆ ਨਾ ਜੀ, ਵੀ ਨੰਬਰ ਤੀਜੇ ਨੰਬਰ ਤੇ ਅਕਾਲੀ ਦਲ, ਇਹਨਾਂ ਦੀਆਂ 4 ਸੀਟਾਂ ਸੀ ਪਿਛਲੀ ਵਾਰੀ, ਇਸ ਵਾਰੀ ਕੇਵਲ 1 ਕਿਉਂ ਰਹਿ ਗਈ? ਇਹਨਾਂ ਚੀਜ਼ਾਂ ਤੋਂ ਹਟ ਕੇ ਜਿਹੜੀ ਗੱਲ ਮੁੱਦੇ ਦੀ ਆ, ਇਹ ਕਹਿ ਰਹੇ ਆ ਵੀ ਬਿਜਲੀ ਸਭ ਤੋਂ ਮਹਿੰਗੀ ਖਰੀਦੀ ਜਾ ਰਹੀ ਆ। ਐਗਰੀਮੈਂਟ ਦੇ ਵਿੱਚ ਤਾਂ 2.86 ਰੁਪਏ ਲਿਖਿਆ ਹੋਇਆ ਬਿਜਲੀ ਦਾ, ਜਿਹੜਾ ਥਰਮਲ ਪਲਾਂਟ ਦੇਣਗੇ। ਸਵਾਲ ਤਾਂ ਇਹ ਪੁੱਛੋ ਵੀ ਬਿਜਲੀ ਦੇ ਰੇਟ ਤਾਂ ਵਧਿਆ 4700 ਕਰੋੜ ਦੇ ਝਾੜੇ ਤੇ, ਜਿਹਦੇ ਚ ਪਰਦਾ ਪਾਉਂਦੇ ਸਭ ਉਹਦੀ ਗੱਲ ਕਰਦੇ ਸਾਡੇ ਸਪੀਕਰ ਆਫ ਦਾ ਓਪੀਨੀਅਨ ਵੀ ਸੁਨੀਲ ਜਾਖੜ ਕਹਿ ਰਹੇ ਨੇ ਘਟਾਲਾ, ਇਹਨਾਂ ਨੂੰ ਕੀ ਖਰਚਾ? ਮੈਂ ਸਮਝ ਗਿਆ, ਤੁਸੀਂ ਬਿਜਲੀ ਦੇ ਮੁੱਦੇ ਤੇ ਸਦਨ ਦੇ ਵਿੱਚ ਤੁਸੀਂ ਘੇਰ ਲਈ ਦੋਨੋਂ ਪਾਰਟੀਆਂ ਮਿਲ ਕੇ ਸਰਕਾਰ ਨੂੰ, ਪਰ ਜਿਹੜਾ ਇਹ ਮੁੱਦਾ ਹੁਣ ਆਪਾਂ ਚੁੱਕਿਆ ਹੈਗਾ, ਜਿਹੜਾ ਇਹ ਸਾਹਮਣੇ ਆ ਗਿਆ ਲੋਕਾਂ ਦਾ ਮੁੱਦਾ, 500 ਰੁਪਏ ਦੇ ਕੇ ਅਪੁਆਇੰਟਮੈਂਟ ਲੈਣਗੇ, ਤੁਹਾਨੂੰ ਲੱਗਦਾ ਪੰਜਾਬੀਆਂ ਨੂੰ ਹੁਣ 500 ਰੁਪਏ ਤੇ 5000 ਦੇਣ ਦੀ ਲੋੜ ਹੈ? ਆਪਣੀ ਜ਼ਮੀਨ ਦੀ ਰਜਿਸਟਰੀ ਕਰਾਉਣ ਜਾਣਾ, ਆਪਣੇ ਕੰਮ ਜਾਣਾ, ਪਹਿਲੇ ਤਹਿਸੀਲ ਦੇ ਵਿੱਚ 500 ਰੁਪਏ ਦੀ ਪਰਚੀ ਕਟਾਓ, ਅਪੁਆਇੰਟਮੈਂਟ ਲਓ, ਉਸ ਤੋਂ ਬਾਅਦ ਲਾਈਨ 'ਚ ਖੜੇ ਹੋਵੋ, ਉਸ ਤੋਂ ਇਲਾਵਾ ਰਿਸ਼ਵਤ ਅਲੈਦਾ ਦਿਓ, ਫਿਰ ਸਟੈਂਪ ਡਿਊਟੀ ਅਲੱਗ ਦੇਣੀ ਪੈਣੀ ਆ, ਕਿਉਂਕਿ ਪੰਜਾਬ ਦਾ ਹਰ ਇੱਕ ਵਰਗ ਜਿਹੜਾ ਹੈਗਾ, ਆਪਦੇ ਨਿੱਜੀ ਕੰਮਕਾਰ, ਆਪਦੇ ਕਾਰੋਬਾਰ ਦੇ ਕੰਮਕਾਰ, ਸੰਵਿਧਾਨ ਸਭਾ ਦੇ ਗਲਾਸ ਚੁੱਕੋਗੇ ਤੁਸੀਂ ਇਸ ਨੂੰ, ਇਸ ਮੁੱਦੇ ਨੂੰ ਚੁੱਕਿਆ ਜਾਏਗਾ ਤੁਹਾਡੇ ਦੋਨਾਂ ਦੇ ਵੱਲੋਂ? ਮੇਰੇ ਕੋਲ 20 ਸੈਕਿੰਡ ਰਹਿ ਗਏ। ਬਿਲਕੁਲ, ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸੈਸ਼ਨ ਚੱਲ ਰਿਹਾ, ਮੈਂ ਬਾਖੂਬੀ ਇਹ ਮਾਮਲਾ ਉਠਾਵਾਂਗੇ, ਸਰਕਾਰ ਨੂੰ ਮਜਬੂਰ ਕਰਾਂਗੇ। ਚੰਦੂ ਮਾਜਰਾ ਸਾਹਿਬ, ਇਹ ਲੋਕ ਵਿਰੋਧੀ ਫੈਸਲਾ ਗਾ। ਚੰਦੂ ਮਾਜਰਾ ਸਾਹਿਬ, ਤੁਹਾਡੇ ਪਾਰਟੀ ਵੱਲੋਂ? ਬਿਲਕੁਲ ਬਿਲਕੁਲ ਚੁੱਕਾਂਗੇ ਜੀ, ਕਿ ਲੋਕਾਂ ਨੇ ਰਜਿਸਟਰੀ ਕਰਾਉਣੀ ਹੁੰਦੀ ਆ, ਉਹਦੇ ਲਈ ਵੀ ਆਪਣੀ ਰਜਿਸਟਰੀ ਕਰਾਉਣ ਲਈ ਵੀ ਇੱਕ ਅਪੁਆਇੰਟਮੈਂਟ ਫੀਸ, ਫਿਰ ਉਸ ਤੋਂ ਬਾਅਦ ਅਗਲੇ ਅੱਗੇ ਫਿਰ ਰਜਿਸਟਰੀ ਫੀਸ, ਤੇ ਇਹ ਬਿਲਕੁਲ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ। ਪੰਜਾਬ ਵਿਸ਼ੇਸ਼ ਦੇ ਵਿੱਚ ਨਹੀਂ ਜਾ ਸਕਦੇ ਹੋ, ਧੰਨਵਾਦ।